ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿਗੁਰੂ ਕਲਾਸਿਸ ਦੀ ਔਨਲਾਈਨ ਕਲਾਸ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਆਪਾਂ ਜੀ ਵਨ ਵਰਡ ਸਬਸਟੀਟਿਊਟ ਦੀ ਇੱਕ ਸੀਰੀਜ਼ ਸ਼ੁਰੂ ਕੀਤੀ ਹੋਈ ਹੈ, ਜਿਹਦੇ ਵਿੱਚ ਹੁਣ ਤੱਕ ਆਪਾਂ 75 ਵਨ ਵਰਡ ਸਬਸਟੀਟਿਊਟ ਕਵਰ ਕਰ ਚੁੱਕੇ ਹਾਂ। ਅੱਜ ਆਪਾਂ ਨੈਕਸਟ 15 ਵਨ ਵਰਡ ਸਬਸਟੀਟਿਊਟ ਕਵਰ ਕਰਨੀ ਹੈ, ਔਰ ਉਹਦੇ ਵਿੱਚ ਉਹ ਵਾਲੇ ਵਨ ਵਰਡ ਸਬਸਟੀਟਿਊਟ ਹੈ ਜੋ ਕਿ ਮੋਸਟ ਇੰਪੋਰਟੈਂਟ ਔਰ ਲਾਸਟ 10 ਈਅਰ ਤੋਂ ਕਵਰ ਕੀਤੇ ਜਾ ਚੁੱਕੇ ਹੈ, ਉਹੀ ਰਿਪੀਟ ਹੁੰਦੇ ਆ। ਤੁਸੀਂ ਪਲੀਜ਼ ਇਸ ਵੀਡੀਓ ਨੂੰ ਵਾਰ ਵਾਰ ਸੁਣੋ, ਇਸ ਵੀਡੀਓਜ਼ ਨੂੰ ਨੋਟ ਕਰੋ ਔਰ ਇਹਦੇ ਬਾਰੇ ਕਮੈਂਟ ਜ਼ਰੂਰ ਕਰਿਓ। ਫਸਟ ਹੈ ਜੀ ਐਕਸੈਸਿਵ ਪ੍ਰੀ ਓਕੂਪੇਸ਼ਨ ਵਿਦ ਵਨਸ ਓਨ ਵਨਸ ਹੈਲਥ, ਇਹਦਾ ਹੋਏਗਾ ਜੀ ਹਾਈਪੋਕੋਂਡ੍ਰਿਕ ਹਾਈਪੋਕੋਂਡ੍ਰਿਕ। ਸੈਕਿੰਡ ਹੈ ਵਿਦਆਊਟ ਰਿਸਕ ਆਫ ਪਨਿਸ਼ਮੈਂਟ, ਜਿਹੜੀ ਚੀਜ਼ ਪਨਿਸ਼ਮੈਂਟ ਦੇ ਰਿਸਕ ਤੋਂ ਬਿਨਾਂ, ਉਹਦੇ ਵਿੱਚ ਪਨਿਸ਼ਮੈਂਟ ਦਾ ਕੋਈ ਰਿਸਕ ਨਹੀਂ ਹੈਗਾ, ਇਹਦਾ ਆਏਗਾ ਜੀ ਇੰਪਿਊਨਿਟੀ ਇਜ਼ ਦਾ ਵਿਦਆਊਟ ਰਿਸਕ ਆਫ ਪਨਿਸ਼ਮੈਂਟ। ਡੀਪ ਇਨ ਥੋਟ, ਜਿਹੜਾ ਥੋਟ ਦੇ ਵਿੱਚ ਡੀਪ ਹੋਵੇ, ਬਹੁਤ ਡੂੰਘਾ ਹੋਵੇ, ਪੈਂਸਿਵ ਮੀਨ ਡੀਪ ਇਨ ਥੋਟ। ਏ ਜੋਕੁਲਰ ਪਰਸਨ ਹੂ ਇਜ਼ ਫੁੱਲ ਆਫ ਅਮਿਊਜ਼ਿੰਗ ਐਂਸੀਡੋਇਟਸ, ਇਹਦਾ ਜੀ ਵੈਗ। ਨੈਕਸਟ ਇਜ਼ ਸਲਾਈ ਲੁੱਕ ਦੈਟ ਇਜ਼ ਲਸਟਫੁੱਲ ਲੀਅਰ। ਇਰਿਸਟੀਬਲ ਕਰੇਵਿੰਗ ਫੋਰ ਅਲਕੋਹਲਿਕ ਡਰਿੰਕ ਡਿਪਸੋਮੇਨੀਆ, ਇਰਿਸਟੀਬਲ ਕਰੇਵਿੰਗ ਫੋਰ ਅਲਕੋਹਲਿਕ ਡਰਿੰਕ ਡਿਪਸੋਮੇਨੀਆ। ਨੈਕਸਟ ਹੈ ਜੀ ਇਹ ਹੇਟਰ ਆਫ ਮੈਨਕਾਈਂਡ ਮਿਜ਼ੈਨੋਥਰੋ, ਇਹ ਕਾਫੀ ਵਾਰ ਪੇਪਰ ਦੇ ਵਿੱਚ ਪੁੱਛਿਆ ਗਿਆ ਇਹ ਹੇਟਰ ਆਫ ਮੈਨਕਾਈਂਡ। ਨੈਕਸਟ ਇਹ ਰੈਮਡੀ ਫੋਰ ਓਲਡ ਡਿਸੀਜ਼, ਇਹ ਵੀ ਬਹੁਤ ਇੰਪੋਰਟੈਂਟ ਹੈ, ਰੈਮਡੀ ਹੁੰਦਾ ਜੀ ਉਪਚਾਰ, ਇਹ ਰੈਮਡੀ ਫੋਰ ਓਲਡ ਡਿਸੀਜ਼ ਪੈਨੇਕੀਆ ਇਜ਼ ਦਾ ਰੈਮਡੀ ਫੋਰ ਓਲਡ ਡਿਸੀਜ਼। ਸਮਥਿੰਗ ਦੈਟ ਇਜ਼ ਪੋਇਨਸ ਐਂਡ ਅਨਹੈਲਥੀ, ਟੋਕਸਿਕ ਜਿਹੀ ਚੀਜ਼ ਹੈ ਜਿਹੜੀ ਆਪਣੀ ਪੋਇਜ਼ਨਸ ਹੈ। ਦਾ ਵਰਸ਼ਿਪ ਆਫ ਆਈਡੋਲ ਔਰ ਇਮੇਜਿਸ, ਇਹਨੂੰ ਆਪਾਂ ਕਵਾਂਗੇ ਜੀ ਆਈਡਲਟਰੀ। ਏ ਪਲੇਸ ਵੇਅਰ ਨਨਸ ਲਿਵ ਐਂਡ ਵਰਕ ਕੋਨਵੈਂਟ, ਇਸ ਪਲੇਸ ਵੇਅਰ ਨਨਸ ਲਿਵਸ ਐਂਡ ਵਰਕ। ਵਾਇਲੇਸ਼ਨ ਆਫ ਸਮਥਿੰਗ ਹੋਲੀ ਐਂਡ ਸੈਕਰੇਡ, ਇਹ ਪਹਿਲਾਂ ਵੀ ਆਇਆ ਸੀ ਜੀ, ਵਾਇਲੇਸ਼ਨ ਆਫ ਸਮਥਿੰਗ ਹੋਲੀ ਐਂਡ ਸੈਕਰੇਡ ਸੈਕਰਿਲ ਇਜ਼ ਦਾ ਵਾਇਲੇਸ਼ਨ ਆਫ ਸਮਥਿੰਗ ਹੋਲੀ ਐਂਡ ਸੈਕਰੇਡ। ਵਨ ਨੂ ਡਿਸਟਰੋਏ ਇਮੇਜਿਸ ਔਰ ਅਟੈਕ ਪਾਪੂਲਰ ਬਿਲੀਫ, ਵਨ ਹੂ ਡਿਸਟਰੋਇਜ਼ ਇਮੇਜਿਸ ਔਰ ਅਟੈਕਸ ਪਾਪੂਲਰ ਬਿਲੀਫਸ, ਆਈਕੋਨੋਕਲਾਸਟ। ਫੀਡਿੰਗ ਔਨ ਫੂਡ ਮੇਡ ਆਫ ਪਲਾਂਟ ਐਂਡ ਫਲੈਸ਼, ਓਮਨੀਵੋਰਸ ਇਜ ਫੀਡਿੰਗ ਔਨ ਫੂਡ ਮੇਡ ਆਫ ਪਲਾਂਟ ਐਂਡ ਫਲੈਸ਼। ਏ ਵੂਮੈਨ ਹੈਵਿੰਗ ਮੋਰ ਦੈਨ ਵਨ ਹਸਬੈਂਡ ਐਟ ਦਾ ਸੇਮ ਟਾਈਮ, ਪੋਲੀ ਐਂਡਰੀ ਇਜ਼ ਦ ਕੇਸ, ਹੈਵਿੰਗ ਏ ਵੂਮੈਨ ਹੈਵਿੰਗ ਮੋਰ ਦੈਨ ਵਨ ਹਸਬੈਂਡ ਐਟ ਦਾ ਸੇਮ ਟਾਈਮ। ਠੀਕ ਹੈ ਜੀ, ਇਹ ਨੈਕਸਟ ਆਪਣੇ 15 ਵਨ ਵਰਡ ਸਬਸਟੀਟਿਊਟ ਸੀ। ਤੁਸੀਂ ਪਲੀਜ਼ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਲਾਈਕ ਕਰੋ ਐਂਡ ਇਸ ਬਾਰੇ ਰਿਵਿਊ ਦਿਓ। ਥੈਂਕ ਯੂ।